subscribe to our YouTube channel and press the bell icon for the latest updates. प्रोग्राम नाल जुड़े दर्शकों का बहुत बहुत स्वागत है। सब तो पहला प्यार ते सत्कार नूं सत श्री अकाल। अज फिर खेती की किसानी की गलबात करांगे। पंजाब फार्मर दे तहत खेती है जिहड़ी उह कहा जा रहा है नीतियां दी मारी, कुरीतियां दी मारी, करप्शन दी मारी, कहिंदे पिछों वल नूं चली है, टल रही है। कुछ किसान अज ऑर्गेनिक वल चले ने। ऑर्गेनिक मतलब जिहड़ी पुरातन साडा स्टाइल सीगा खेती दा उहनूं अपनाया, उस दे नाल अपने जीवन पद्धर च एक बदलाव लिआंदा है। मॉडर्न होना वक्खरी गल है, पर पत्थरां दा संगमरमर दा तुहाडी जिंदगी च बहुतात शामिल हो जाना बड़ा खतरनाक है। रुखां पंछियां दी जिहड़ी साडी पुरातन साडी सांझ है, साडे गाडरां बालियां ते पंछियां दा हिस्सा होया करदा सी, ते अज ओह हिस्सा है जिहड़ा असीं निजता मॉडर्न पुणे दे दौर दे विच चक के जिहड़ा जी ओह बाहर मारिया। सो अज फिर मैं इस प्रोग्राम दे तहत तुहानूं मिलावांगा राजविंदर धालीवाल जी, लोहारे तो ने, लोहारा मोगे जिले का पिंड है, तख्तपुरा साहब निहाल सिंह वाला दे नेड़े ही पैंदा है, ते इन्हां दा लोहारा फार्म है। इत्थे ऑर्गेनिक सब्जियां, फल, हल्दी, खासकर गुड़ ते हल्दी दे ये सारा साल जिहड़ा जी जोड़ के रखदे ने आपदे ग्राहकां नूं, ते कच्चा मकान भी इन्हां ने उसारिया, जाने कि उस तरह का लहजा दोबारा देखण नूं जे तुसीं हाईवे दे उत्ते ही है मिल सकदा है। सब तो पहला करदे हां स्वागत, फिर जाण दी। बहुत बहुत स्वागत है जी, सत श्री अकाल। सत श्री अकाल जी। किवें मन बणिया कि खेती करनी है ते बिना जहरां तो करनी है? बहुतात है जिहड़ी प्रोडक्शन दे मामले दे विच जहरां दी खेती हो रही है, तुहाडे मन च किवें ख्याल आया? इदां जी बहुत चिर तों सीगा वी खेती करनी है, पर जो चल रहा है दौर है इदां दी खेती नहीं करनी, ਵੀ ਕੋਈ ਨਵੇਕਲੇ ਢੰਗ ਨਾਲ ਕੰਮ ਕੀਤਾ ਜਾਵੇ, ਹੈ ਨਾ, ਵੀ ਜੋ ਕੀਤਾ ਜਾਵੇ ਸਭ ਕੁਛ ਖੁਦ ਹੀ ਕੀਤਾ ਜਾਵੇ, ਇਸ ਪੈਦਾ ਵੀ ਕਰੀਏ ਔਰ ਵੇਚੀਏ ਵੀ ਔਰ ਲੋਕਾਂ ਨੂੰ ਰੁਜ਼ਗਾਰ ਵੀ ਮਿਲੇ, ਹੈ ਨਾ। ਇਹਦੇ ਬਹੁਤ ਚਿਰ ਤੋਂ ਸੀ, ਬਟ ਹੋਰ ਕੰਮ ਕਰਦੇ ਰਹੇ, ਕੁਛ ਟਾਈਮ ਮੈਂ ਬਾਹਰ ਵੀ ਗਿਆ ਜੀ, ਅਤੇ ਉੱਥੋਂ ਆ ਕੇ 2017 'ਚ ਮੇਰੀ ਇੱਕ ਆਪਣੀ ਐਨ ਜੀ ਓ ਹੈ ਪੰਜਾਬ ਦੇ ਵਿੱਚ ਖੇਤੀ ਵਿਰਾਸਤ ਮਿਸ਼ਨ, ਉਹ ਇਸ ਖੇਤੀ ਕੁਦਰਤੀ ਖੇਤੀ 'ਤੇ ਕੰਮ ਕਰਦੇ ਕਰ ਰਹੀ ਹੈ, ਬਿਲਕੁਲ। ਉਹਨਾਂ ਦੇ ਨਾਲ ਮੇਰੇ ਸੰਪਰਕ ਹੋਇਆ ਜੀ ਜੀ ਸੋਸ਼ਲ ਮੀਡੀਆ ਰਾਹੀਂ, ਉੱਥੇ ਗੁਰਪ੍ਰੀਤ ਦਵੜੀ ਖਾਨਾ ਜੀ ਸੀਗੇ, ਉਹਨਾਂ ਨਾਲ ਹੋਇਆ, ਫਿਰ ਉੱਥੋਂ ਕਰਦੇ ਅਤੇ ਅਸੀਂ 2018 'ਚ ਸ਼ੁਰੂ ਕੀਤੀ ਹੈਗੀ ਹੈ ਜੀ। ਹੁਣ 2018 'ਚ ਜਦੋਂ ਤੁਸੀਂ ਸ਼ੁਰੂ ਕੀਤਾ, ਹਾਂਜੀ, 3 ਸਾਲ ਲਗਭਗ ਹੋ ਗਏ ਆ ਜੀ, ਕਿਵੇਂ ਵੰਡਿਆ ਖੇਤ ਨੂੰ ਅਤੇ ਕਿੰਨਾ ਖੇਤ ਤੁਸੀਂ ਇਹਦੇ ਵਿੱਚ ਲੈ ਆਏ ਹੋ? ਅਸੀਂ ਸ਼ੁਰੂਆਤ 6 ਏਕੜ ਤੋਂ ਹੀ ਕੀਤੀ ਸੀਗੀ। ਅੱਛਾ। ਸਾਡਾ ਜਿਹੜਾ ਇਹ ਪਲਾਟ ਹੈ 6 ਏਕੜ ਦਾ ਹੀ ਹੈ ਜੀ ਜੀ, ਅਤੇ ਇਹਨੂੰ ਇਹਦੇ ਵਿੱਚ ਦਰਖਤ ਲੱਗੇ ਹੋਏ ਨੇ ਜੀ ਜੀ, ਫਲਦਾਰ ਉਹਦੇ ਬਹੁਤ ਲਗਾਏ ਹੋਏ ਆ ਅਸੀਂ ਜੀ, 1000 ਤੋਂ ਉੱਪਰ ਇਹਦੇ ਵਿੱਚ ਅਸੀਂ ਪਲਾਂਟੇਸ਼ਨ ਕੀਤੀ ਹੋਈ, ਦਰਖਤ ਲੱਗੇ ਹੋਏ ਆ ਜੀ ਜੀ, ਜਿਹਦੇ ਵਿੱਚ 80% ਫਲਦਾਰ ਨੇ ਜੀ ਜੀ, ਜੋ ਕਿ ਹੁਣ ਹੌਲੀ ਹੌਲੀ ਫਲ 'ਤੇ ਆਉਣੇ ਸ਼ੁਰੂ ਹੋ ਗਏ ਆ, ਫਲ ਦੇਣ ਲੱਗ ਗਏ। ਅਤੇ ਫਸਲਾਂ ਵਾਲੇ ਪਾਸੇ? ਫਸਲਾਂ ਵਾਲੇ ਪਾਸੇ ਸਾਡੇ ਗੰਨਾ ਲੱਗਾ, ਗੰਨਾ ਜੀ ਮੇਨ, ਤਾਂ ਮੇਨ ਜਿਹੜੀ ਹੈ ਸਾਡੀ ਕਰੋਪ ਉਹ ਗੰਨਾ ਜੀ, ਮੇਨ। ਉਹ ਤੋਂ ਬਾਅਦ ਫਿਰ ਆ ਜਾਂਦੇ ਹਲਦੀ ਜੀ, ਹਲਦੀ ਤੋਂ ਬਾਅਦ ਸੀਜ਼ਨਲ ਸਬਜ਼ੀਆਂ ਆ ਜਾਂਦੀਆਂ ਜੀ, ਆਲੂ ਆ ਜਾਂਦੇ ਆ, ਪਿਆਜ਼ ਆ ਜਾਂਦੇ ਆ, ਬਾਕੀ ਉਹ ਜਿਹੜੀਆਂ ਹੋਰ ਸੌਂਫ, ਸਰੋਂ, ਇੱਦਾਂ ਦੀਆਂ ਸਾਰੀਆਂ ਛੋਲੇ। ਇਹਨੂੰ ਇਹਨੂੰ ਇੱਕ ਕਹਿ ਸਕੇ ਕਿ ਪਲਾਟ ਦੇ ਵਿੱਚ ਵੰਡ ਵੰਡ ਕੇ ਰੱਖਿਆ ਹੋਇਆ ਜਾਂ ਲੰਬਾ ਚੌੜਾ ਲਾਇਆ? ਨਹੀਂ, ਜ਼ਿਆਦਾ ਵੱਡੀ ਮਾਤਰਾ ਚ ਨਹੀਂ, ਗੰਨੇ ਦੀ ਹੈ। ਹਾਂ, ਉਹ ਗੰਨੇ ਦੀ ਹੈ ਜੀ, ਜਿੱਥੇ ਵੀ ਕਿਤੇ ਸਾਨੂੰ ਕੋਈ ਸਪੇਸ ਜਗ੍ਹਾ ਮਿਲੀ ਅਸੀਂ ਉੱਥੇ ਹੀ ਹਰ ਚੀਜ਼ ਲਗਾ ਦਿੱਤੀ। ਤੁਸੀਂ ਮੇਨ ਜਾਣੀ ਕਿ ਫਸਲ ਹੈ ਤੁਹਾਡੀ ਕਮਾਦ ਹੈ? ਮੇਨ ਕਮਾਦ ਹੈ। ਕਮਾਦ ਦੇ ਲੱਗਣ ਤੋਂ ਬਾਅਦ ਅਤੇ ਆ ਜਾਂਦੀ ਹੈ ਕਹਾਣੀ ਜਦੋਂ ਫਸਲ ਪੱਕ ਜਾਂਦੀ ਹੈ ਜਾਂ ਬਣ ਜਾਂਦੀ ਹੈ ਜੀ, ਉਹ ਗੰਨੇ ਨੂੰ ਤੁਸੀਂ ਔਰਗੈਨਿਕ ਤੌਰ 'ਤੇ ਪਾਲਦੇ ਹੋ ਜੀ, ਕਮਾਦ ਨੂੰ, ਅਤੇ ਫਿਰ ਉਹਦਾ ਕੀ ਕਰਦੇ ਹੋ? ਅਸੀਂ ਉਹਦਾ ਘਲਾੜਾ ਲਗਾਇਆ ਹੋਇਆ ਜੀ ਜੀ, ਅਤੇ ਉਹਦਾ ਗੁੜ ਸ਼ੱਕਰ ਬਣਾਉਂਦੇ ਹਾਂ ਜੀ। ਗੁੜ ਸ਼ੱਕਰ ਬਣਾਉਂਦੇ? ਹਾਂਜੀ। ਇੱਕ ਔਰਗੈਨਿਕ ਦੀ ਜਿਹੜੀ ਪ੍ਰੋਡਕਸ਼ਨ ਅਤੇ ਦੂਜੇ ਦੀ ਰੇਹਾਂ ਸਪਰੇਆਂ ਵਾਲੀ ਦੀ ਪ੍ਰੋਡਕਸ਼ਨ 'ਚ ਕਿੰਨਾ ਕੁ ਫਰਕ ਹੈ, ਮਾਤਰਾ 'ਚ ਕਿੰਨਾ ਕੁ ਫਰਕ ਹੈ ਜਿਹੜੀ ਫਸਲ ਆਉਂਦੀ ਹੈ? ਦੇਖੋ ਫਰਕ ਤਾਂ ਪੈਂਦਾ ਹੈਗਾ, ਥੋੜ੍ਹਾ ਬਹੁਤ ਫਰਕ ਤਾਂ ਹੈਗਾ, ਹੈ ਨਾ, ਅਤੇ ਉਹ ਜਿਹਾ ਫਿਰ ਥੋੜ੍ਹਾ ਬਹੁਤ ਪ੍ਰਾਈਸ ਦਾ ਹੋ ਜਾਂਦਾ ਜੀ। ਤੁਸੀਂ ਵਿਸ਼ਵਾਸ ਬਣਾਉਣ 'ਚ ਕਾਮਯਾਬ ਰਹੇ ਹੋ ਕਿ ਇਹ ਕਹਿ ਕੇ ਕਿ ਇਹ ਗੁੜ ਹੈ ਜਿਹੜਾ ਮੇਰੇ ਖੇਤ ਦਾ ਅਤੇ ਬਿਨਾਂ ਜ਼ਹਿਰਾਂ ਤੋਂ ਮੁਕਤ ਹੈ,
तो असीं इहनूं कोई कैमिकल दे रूप च तुहाडे तक नहीं लैके आ रहे। हाँ, इस पक्षों असीं अज दी घड़ी कामयाब है। लगभग किन्ने क लोक जदों तुहाडा दिन सी, हाँ जी, उत्थे असीं उसे स्टैंड ते असीं अज हैगे हां जी। खड़ना किन्ना औखा है? बहुत औखा है, जदों नेरी चलदी है ना जी, जी उदों खड़ना औखा, हुण नेरी सिटण वाले बहुत है जी, क्योंकि जिहड़ी कस्टमर हुंदा है जां ग्राहक हुंदा है उहनूं बहुत कुछ दिखाया जांदा, समझ दिखाई जांदी है, पर टेस्ट है जिहड़ा उह कहिंदे मोड लिआउंदा है। इस गल नूं तुसीं मंनदे हो? मंनदे हां जी, मंनदे हां जी, मंनदे हां। साढ़े काम च कमी हो सकती है जी, बट जो चीज़ एक्चुअल हैगी है उहदे च साढ़े वल्लों कोई कमी नहीं, क्वालिटी च कोई कमी, क्वालिटी च कोई कमी नहीं, भी मनो कोई कमी नहीं, मान लो नवें आ इस करके कोई कमियां रह जांदियां काम दे विच, भी अंदरों कोई उह नहीं हैगी भी आपां कुछ ना कुछ इहदे च करना, वह नहीं है, पर उदा करके ग्राहक साढ़े को आ जी। गुड़ वाले रिपीट होंगे रेंगे? हाँ जी, हाँ जी, हर चीज़ जी, हर चीज़ जी भी चीज़ लैके जाते रिपीट। सारा साल की दे सकते हो? सारा साल कुछ भी नहीं, नहीं गुड़ कि चिर कट, मतलब गुड़ा फिनिश है। अच्छा, सिरे लग गया, जिमें जिमें घराड़ा चलता तो रोज रूटीन च लोग। हाँ जी, हाँ जी, डिमांड दोबारा भी वापस आती रही है? हाँ जी, आती रही है, पर नहीं ਜਿੰਦਾ ਹੈ ਆਪਾਂ, ਕਿਉਂਕਿ ਦੇਖੋ ਕਰਨ ਤਾਂ ਉਹ ਗੱਲ ਫਿਰ ਉੱਥੇ ਆ ਗਈ ਜੀ, ਵੀ ਬਾਜ਼ਾਰ 'ਚੋਂ ਗੰਨਾ ਲਿਆਓ ਅਤੇ ਪੀੜ ਕੇ ਜਿੰਨਾ ਮਰਜ਼ੀ ਕੋਠਾ ਭਰ ਲਗੇ ਜੀ, ਪਰ ਨਹੀਂ ਆਪਾਂ ਉੰਨਾ ਹੀ ਕਰਦੇ ਹਾਂ ਜਿੰਨਾ ਆਪਦਾ ਗੰਨਾ ਜੀ। ਜਿਵੇਂ ਪਿਛਲੇ ਸਾਲ 2.5-3 ਕਿੱਲੇ ਗੰਨਾ ਸੀਗਾ ਜੀ, ਉਹ ਸੀਗਾ, ਹੁਣ ਐਤਕੀ 2 ਕਿੱਲੇ ਹੋਰ ਵਧਾਇਆ ਜੀ, 6 ਤੋਂ ਅਸੀਂ ਹੁਣ 8 'ਤੇ ਚਲੇ ਗਏ ਹਾਂ ਜੀ। ਠੀਕ ਹੈ, 2 ਕਿੱਲੇ ਗੰਨਾ ਜਾਣੀ ਕਿ ਹੋਰ ਵਧਾ ਲਿਆ। ਇੱਕ ਟ੍ਰੇਨਿੰਗ ਲਈ ਜਾਂ? ਨਹੀਂ, ਟ੍ਰੇਨਿੰਗ ਕੋਈ ਨਹੀਂ ਜੀ, ਇੱਦਾਂ ਹੀ ਫਾਰਮਾਂ 'ਤੇ ਜਾ ਜਿਹੜੇ ਲੋਕ ਪਹਿਲਾਂ ਕਰ ਰਹੇ ਆ ਕਿਸਾਨ, ਉਹਨਾਂ ਦੇ ਫਾਰਮਾਂ 'ਤੇ ਜਾ ਕੇ ਉਹਨਾਂ ਨੂੰ ਦੇਖ ਕੇ ਆਈਡੀਆਜ਼ ਲਏ ਆ ਜੀ, ਕਿਉਂਕਿ ਉਸ ਫਾਰਮ ਦੀ ਪ੍ਰਸਥਿਤੀ ਔਰ ਇਸ ਫਾਰਮ ਦੀ ਪ੍ਰਸਥਿਤੀ ਕਦੇ ਇੱਕ ਨਹੀਂ ਹੋ ਸਕਦੀ ਦੂਸਰੇ, ਮਤਲਬ ਕੋਈ ਵੀ ਕਿਤੋਂ। ਕੱਚਾ ਘਰ ਬਣਾਉਣ ਦਾ ਕੀ ਕਾਰਨ ਰਿਹਾ? ਵੈਸੇ ਹੀ ਬਸ ਜੀ, ਇਹ 'ਚ ਕੋਈ ਉਹ ਨਹੀਂ ਹੈਗਾ ਵੀ ਕੋਈ ਆਪਾਂ ਕੁਛ ਸੋਚ ਕੇ ਬਣਾਇਆ ਜਾਂ ਹੋਇਆ, ਬਸ ਐਂ ਸੀਗਾ ਵੀ ਜਨਮ ਇਹਦੇ ਕੱਚੇ 'ਚ ਹੀ ਹੋਇਆ ਸੀ। ਅੱਛਾ, ਆਪਦਾ ਉੱਥੇ ਹੀ ਬਾਲਣ ਸੀ, ਉੱਥੇ ਥੋੜ੍ਹੀ ਸੀ, ਉੱਥੇ ਮਾਲਾ ਮੰਜਾ ਸੀ। ਬਾਹਰ ਵੀ ਜਾ ਕੇ ਆਏ ਹੋ, ਰੈਸਟੋਰੈਂਟ ਵੀ ਕੀਤਾ ਹੈ? ਹਾਂਜੀ ਹਾਂਜੀ। ਉੱਤਮ ਖੇਤੀ ਹੈ? ਉੱਤਮ ਖੇਤੀ ਹੈ, ਫਰਕ ਲੱਗਦਾ, ਮਹਿਸੂਸ ਹੁੰਦਾ? ਹਾਂਜੀ ਹਾਂਜੀ ਹਾਂਜੀ, ਮਹਿਸੂਸ ਹੁੰਦਾ ਜੀ, ਸਕੂਨ ਹੈ ਇਹਦੇ 'ਚ, ਸਕੂਨ ਹੈ, ਜ਼ਿੰਦਗੀ ਹੈ ਇਹਦੇ 'ਚ। ਕੀ ਫਰਕ ਵੇਖਦੇ ਹੋ? ਬਾਹਰ ਗੇੜਾ ਕੱਢਿਆ ਹੋ, ਰੈਸਟੋਰੈਂਟ ਕੀਤਾ, ਭੱਜ ਨੱਠ ਵੇਖ ਲਈ ਜ਼ਿੰਦਗੀ ਦੀ, ਕੁਛ ਵੀ ਨਹੀਂ ਉਹਨਾਂ ਚੀਜ਼ਾਂ 'ਚ ਜੀ, ਸਿਰਫ ਇੱਕ ਚੇਨ ਹੈ, ਘੁੰਮੀ ਜਾਂਦੇ ਘੁੰਮੀ ਜਾਂਦੇ ਆ। ਕਿੰਨੇ ਤੁਹਾਨੂੰ ਲੋਕਾਂ ਨਾਲ ਵਾਹ ਪੈਂਦਾ ਜਿਹੜੇ ਕਿ ਤੁਹਾਨੂੰ ਵੀ ਕਰਪਟ ਕਰਦੇ ਆ, ਉਹ ਨਾਲ ਮਜਬੂਰ ਕਰਦੇ ਆ ਤੁਹਾਨੂੰ ਕਰਪਟ ਕਰ। ਲੋਕ ਇਹ ਸੋਚਦੇ ਕਿ ਬਾਹਰੋਂ ਵਾਪਸ ਨਾ ਆਇਆ ਜਾਵੇ, ਜੇ ਵਾਪਸ ਆ ਘੱਟੋ ਘੱਟ ਖੇਤੀ ਦਾ ਨਾਂ ਕੀਤੀ ਜਾਵੇ, ਫਿਰ ਕਿਤੇ ਹੋਰ ਜਾਣ ਦਾ ਪਲਾਨ ਕੀਤਾ ਜਾਵੇ। ਤੁਸੀਂ ਠਹਿਰ ਗਏ? ਹੋਰ ਜਾਣ ਦੀ ਲੋੜ ਹੀ ਨਹੀਂ ਸੀ, ਮੈਂ ਪਰਮਾਨੈਂਟ ਸੀਗਾ ਜੀ। ਅੱਛਾ, ਯੂਐਸਏ ਦੇ ਵਿੱਚ? ਅੱਛਾ, ਆਪਣੇ ਆਪ ਨੂੰ ਕੰਪੈਰੀਜ਼ਨ ਕੀਤਾ ਕੀ ਜ਼ਿੰਦਗੀ ਹੈ ਵਿਚਾਰੇ ਦੀ ਉਹਨਾਂ ਦੀ, ਆਪਣੀਆਂ ਇੱਥੋਂ ਦੀ ਜੋ ਮੰਨ ਲਓ ਸਾਡੀ ਪ੍ਰੋਪਰਟੀ ਹੈ ਜਾਂ ਸਾਡੇ ਸਿਸਟਮ ਹੈ ਇੱਥੋਂ ਦਾ, ਉਹਦੇ ਨਾਲ ਉਹਨਾਂ ਲੋਕਾਂ ਦਾ ਕੰਪੈਰੀਜ਼ਨ, ਉਹ ਤਾਂ ਬਹੁਤ ਥੱਲੇ ਸਾਡੇ। ਠੀਕ ਹੈ, ਉੱਥੇ ਇੱਕ ਸਿਸਟਮ ਬਣਿਆ ਵਾ, ਉਹਦੇ 'ਚ ਪਾਏ ਹੋਏ ਆ, ਉਹ ਘੁੰਮੀ ਜਾਂਦੇ, ਸਾਨੂੰ ਬਹੁਤ ਸੋਹਣਾ ਲੱਗਦਾ ਹੈ। ਅੱਛਾ, ਜ਼ਿੰਦਗੀ ਦੋਸਤਾਂ ਨੇ, ਰਿਸ਼ਤੇਦਾਰਾਂ ਨੇ, ਭੈਣਾਂ ਭਾਈਆਂ ਨੇ ਕਿਹਾ ਵੀ ਆਹ ਕੀ ਕਰਨ ਲੱਗੇ ਹੋ? ਉਹ ਤਾਂ ਹਾਲੇ ਵੀ ਚੱਲ ਰਿਹਾ ਜੀ। ਅੱਛਾ, ਕਿਉਂਕਿ ਇੱਕ ਤਾਂ ਉਹ, ਫਿਰ ਹੁਣ 4 ਸਾਲ ਤੋਂ ਮਤਲਬ ਇੱਧਰ ਖੇਤੀ ਵਾਲਾ ਆ, ਖੇਤੀ ਖੇਤੀ ਵੀ ਆ ਤਾਂ ਹੁਣ ਬਹੁਤ ਕਸਮ ਕਸ ਚੱਲ ਰਹੀ ਹੈ ਜੀ। ਅੱਛਾ, ਆਪਣੇ ਆਪ ਦੇ ਵਿੱਚ ਇੱਕ ਤਣਾਅ ਹੈ? ਪੂਰਾ ਤਣਾਅ ਜੀ, ਪਰਿਵਾਰ ਵੱਲੋਂ। ਅੱਛਾ, ਅਤੇ ਪਰ ਉਹ ਜਿੰਨਾ ਕੁ ਤਣਾਅ ਹੈ ਤਾਂ ਉੱਨੀ ਕੁ ਰਿਲੈਕਸੇਸ਼ਨ ਵੀ ਹੈ? ਹਾਂ ਹਾਂ, ਇੱਥੇ ਆ ਕੇ ਕੋਈ ਹੈ ਹੀ ਨਹੀਂ ਕੁਛ ਜੀ। ਹੁਣ ਮੰਨ ਲਓ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਪਹਿਲੇ 1.25-1.5 ਸਾਲ ਡੇਢ ਸਾਲ ਤੋਂ, ਕੀ ਹਾਲ ਹੈ ਕਿਸੇ ਵੀ ਦੁਕਾਨਦਾਰ ਦੀ ਜਾਂ ਇੰਡਸਟਰੀਅਲ ਦੀ? 100 ਕਰੋੜ ਦੀ ਟਰਨਓਵਰ ਆ, ਉਹਦੀ ਹਿੰਮਤ ਨਹੀਂ ਕਿ ਉਹ 2 ਵਜੇ ਤੋਂ ਬਾਅਦ ਲੋਕ ਖੋਲ ਲਵੇ। ਸਾਡੇ ਖੇਤ ਸਦਾ ਖੁੱਲ੍ਹੇ, ਸਦਾ ਖੁੱਲ੍ਹੇ, ਨਾ 9 ਹੈ, ਨਾ 5 ਹੈ, ਨਾ 2 ਹੈ। ਬਹੁਤ ਵੱਡਾ ਚੈਲੰਜ ਹੈ, ਜਿਵੇਂ ਤੁਸੀਂ ਕਿਹਾ ਕਿ ਗ੍ਰੀਨ ਕਾਰਡ ਛੱਡ ਕੇ ਆਏ ਹੋ, ਪਰ ਤੁਹਾਨੂੰ ਲੱਗਦਾ ਹੈ ਕਿ ਕੁਦਰਤ ਨਾਲ ਜੁੜਨਾ, ਖੇਤੀ ਕਰਨੀ, ਜਿਵੇਂ ਬਾਬੇ ਨਾਨਕ ਦੀ ਸਾਡੇ ਪੁਰਖਿਆਂ ਦੀ ਗੱਲ ਹੈ ਕਿ ਉੱਤਮ ਖੇਤੀ ਹੈ, ਵਾਕਈ ਉੱਤਮ ਹੈ? ਵਾਕਈ ਉੱਤਮ ਹੈ ਜੀ,
खेती करके ही थोड़ा सारा जीवन है जी। चंगा है जीवन ही है जी, ये जीवन तो चंगा भी उहदे च है माड़ा भी उहदे च है जी। जीवन ही ना हो वो जीवन नहीं है जो असी उस सिस्टम च करते हैं। ਤੁਸੀਂ ਮੋਗੇ ਤੋਂ ਚੱਲ ਕੇ ਆਉਂਦੇ ਹੋ, ਤੁਹਾਡੀ ਰਹਿਸ਼ ਮੋਗੇ ਜੀ ਜੀ ਰਹਿਸ਼। ਤੁਸੀਂ ਜਦੋਂ ਮੋਗੇ ਤੋਂ ਆਉਂਦੇ ਹੋ ਤੁਹਾਡਾ ਜਿਹੜਾ ਗਾਹਕ ਉੱਥੇ ਸ਼ਹਿਰੀ ਵੀ ਕਹਿੰਦਾ ਵੀ ਤੁਸੀਂ ਜਦੋਂ ਪਿੰਡ ਜਾਓਗੇ ਉਹਦੇ ਫਾਰਮ 'ਤੇ ਜਾਓਗੇ ਸਾਡੇ ਲਈ ਇਹ ਕੁਛ ਲੈ। ਜੀ 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 ਉਹਦੇ ਵਾਸਤੇ ਅਸੀਂ ਗਰੁੱਪ ਵਟਸਐਪ 'ਤੇ ਗਰੁੱਪ ਬਣਾਏ ਹੋਏ ਨੇ ਜੀ, ਜਦੋਂ ਕੋਈ ਵੀ ਸਾਡੇ ਕੋਲ ਚੀਜ਼ ਆਉਂਦੀ ਅਸੀਂ ਉਹਦੇ 'ਤੇ ਪਾ ਦਿੰਦੇ, ਲੋਕ ਔਡਰ ਕਰਕੇ ਮੰਗਵਾ ਲੈਂਦੇ ਆ ਜੀ। ਸਭ ਤੋਂ ਵੱਡਾ ਅਤੇ ਟੇਢਾ ਕੰਮ ਇਹ ਹੈ ਕਿ ਪੈਦਾ ਕਰ ਲਿਆ ਜੀ, ਪ੍ਰੋਸੈਸ ਕਰ ਲਿਆ। ਇਸ ਵਕਤ ਦਾ ਵੱਡਾ ਚੈਲੰਜ ਹੈ ਕਿ ਮਾਰਕੀਟਿੰਗ ਜੀ, ਮੰਡੀ 'ਚ ਸੁੱਟ ਕੇ ਆਉਣਾ ਸ਼ਬਦ ਵੀ ਹੈ, ਮੰਡੀ 'ਚ ਵੇਚਣਾ, ਦਲਾਲਾਂ ਦੇ ਹੱਥ ਚੜ੍ਹਨਾ ਵੀ ਕੁਛ ਆਉਂਦਾ। ਤੁਹਾਡੀ ਜਿਹੜੀ ਹੈਗੀ ਹੈ ਮਾਰਕੀਟਿੰਗ ਜੀ, ਜਾਂ ਤੁਹਾਡਾ ਗਾਹਕ ਲੱਭਣੀ ਪੈਂਦੀ ਹੈ? ਨਹੀਂ ਜੀ, ਇੱਥੇ ਹੀ ਹੈ ਜਿੱਥੇ ਬੈਠੇ ਹੋ ਤੁਸੀਂ। ਚੱਲ ਕੇ ਆਉਂਦੇ ਲੋਕ? ਚੱਲ ਕੇ ਆਉਂਦੇ ਜੀ, ਕੋਈ ਦਿੱਕਤ ਨਹੀਂ ਹੈ ਵੇਚਣ 'ਚ? ਸਾਨੂੰ ਕੋਈ ਦਿੱਕਤ ਨਹੀਂ ਹੈ। ਇਹਦਾ ਛੋਟਾ ਜਿਹਾ ਮੈਂ ਕਾਰਨ ਰੀਜ਼ਨ ਇਹ ਦੇਵਾਂਗਾ ਵੀ ਸਾਨੂੰ ਦਿੱਕਤ ਘੱਟ ਕਿਉਂ ਆਈ। ਇੱਕ ਤਾਂ ਪਹਿਲਾਂ ਕੰਮ ਕੀਤੇ ਹੋਏ ਸੀਗੇ ਜੀ, ਬਿਜ਼ਨਸ ਵਗੈਰਾ ਕੀਤੇ ਹੋਏ ਸੀ, ਮਾਰਕੀਟਿੰਗ ਕਿੱਦਾਂ ਕਰਨੀ ਕਿਵੇਂ ਉਹਦੇ ਬਾਰੇ ਥੋੜ੍ਹਾ ਬਹੁਤ ਸੀਗਾ ਜਾਣਕਾਰੀ। ਅਸੀਂ ਕੀ ਕੀਤਾ, ਜਦੋਂ ਸ਼ੁਰੂ ਕੀਤੀ ਸੀ ਨਾ ਖੇਤ ਸਾਡੇ 'ਚ ਕੁਛ ਵੀ ਨਹੀਂ ਸੀ, ਉਦੋਂ ਖਾਲੀ ਖੇਤ ਸੀਗਾ, ਅਸੀਂ ਉਦੋਂ ਤੋਂ ਸ਼ੁਰੂ ਕਰ ਲਈ ਸੀ ਮਾਰਕੀਟਿੰਗ। ਅੱਛਾ, ਪਹਿਲਾਂ ਗਰਾਊਂਡ ਪਹਿਲਾਂ ਬਣਾ ਲਿਆ ਸੀ ਕਿਉਂਕਿ ਚੀਜ਼ ਤਾਂ ਆਏਗੀ ਨਾ, ਢੇਰ ਲਾ ਕੇ ਕਿਸੇ ਨੂੰ ਸੱਦਣਾ, ਇੱਕ ਉਹਨੂੰ ਉਡੀਕ ਕਰਾਉਣੀ ਵੀ ਢੇਰ ਵੀ ਉਹ ਚੀਜ਼ ਆਊਗੀ ਅਤੇ ਮੈਂ ਇਹ ਮਾਰਕੀਟਿੰਗ ਦਾ ਇੱਕ ਅੱਛਾ ਫੰਡਾ ਹੈ। ਇੱਕ ਗੱਲ ਹੋਰ ਵੀ ਹੈ, ਬਾਹਰਲੇ ਦੇਸ਼ਾਂ 'ਚ ਤੁਸੀਂ ਤਾਂ USA ਜਾ ਕੇ ਆਏ ਹੋ, ਰੋਡ ਸਾਈਡ ਡਿਸਪਲੇ ਸੇਲਾਂ ਲੱਗਦੀਆਂ ਉੱਥੇ ਵੱਡੇ ਵੱਡੇ ਰੋਡਾਂ ਦੇ ਉੱਤੇ, ਸ਼ਾਇਦ ਉਹੀ ਕੰਸੈਪਟ ਨਹੀਂ ਹੈ ਵੀ ਆਪਦੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨ ਲਈ ਉਹਨੂੰ ਰੋਡ ਦਾ ਸਹਾਰਾ ਲੈਂਦੇ ਆ? ਹਾਂਜੀ ਹਾਂਜੀ, ਇੱਥੇ ਵੀ ਹੁੰਦਾ। ਤੁਸੀਂ ਵੀ ਉਸੇ ਚੀਜ਼ ਦਾ ਸਹਾਰਾ ਨਹੀਂ ਲਿਆ ਇਸ ਕੰਮ 'ਚ ਕਿ ਰੋਡ ਸਾਈਡ ਦੇ ਉੱਤੇ ਆਪਦੇ ਘਲਾੜੇ ਨੂੰ ਪ੍ਰਮੋਟ ਕੀਤਾ? ਨਹੀਂ, ਉਹ ਤਾਂ ਦੇਖੋ ਕੋਈ ਵੀ ਕੰਮ ਆਪਾਂ ਕਰਦੇ ਹਾਂ ਹਾਂਜੀ ਅਕਸਰ ਦਿਖਾਉਣਾ ਤਾਂ ਪੈਣਾ ਹੀ ਹੈਗਾ ਨਾ ਜੀ, ਬਟ ਉਹ ਇਕੱਲਾ ਦਿਖਾਉਣ ਨਾਲ ਨਹੀਂ ਸਰਨਾ ਹੈਗਾ, ਉਦੋਂ ਬਾਅਦ ਤੁਹਾਨੂੰ ਕੁਆਲਿਟੀ ਮੇਨਟੇਨ ਰੱਖਣੀ ਪੈਣੀ, ਉਹ ਜ਼ਰੂਰੀ ਹੈ। ਕੁਆਂਟਿਟੀ ਕੁਆਲਿਟੀ ਤੁਹਾਡੀ ਜਿਹੜੀ ਤੁਹਾਡੀ ਆਪਣੀ ਕੁਆਲਿਟੀ ਵੀ ਹੋਣੀ ਚਾਹੀਦੀ ਹੈ, ਇਕੱਲੀ ਚੀਜ਼ ਦੀ ਕੁਆਲਿਟੀ। ਸਮੱਸਿਆਵਾਂ ਕੀ ਆ ਰਹੀਆਂ? ਸਮੱਸਿਆਵਾਂ ਕੋਈ ਠੀਕ ਹੈ, ਫਿਰ ਆਉਂਦੀ ਹੈ ਤਾਂ ਕੀ ਕਰ ਸਕਦੇ ਹਾਂ, ਉਹ ਕੁਦਰਤ ਦਾ ਹੀ ਹੈ ਨਾ ਨਿਜ਼ਮ ਹੈ ਉਹ। ਮਤਲਬ ਹੁਣ ਸਾਡੇ ਇੱਕ ਪਲੋਟ ਹੈਗਾ ਉੱਥੇ ਮੋਢਾ ਪਿਛਲੇ ਸਾਲ ਉਹਨੂੰ ਕੱਟਿਆ, ਤਾਂ ਉਹਦੇ 'ਚ ਇੱਕ ਕੀੜੀ ਪੈਂਦੀ ਹੈ ਆਈ ਹੈ, ਹੁਣ ਉਹਨੂੰ ਕੀ ਅਸੀਂ ਅੱਕ ਪਾ ਰਹੇ ਹਾਂ ਉਹਦੇ 'ਚ, ਹਟ ਜਾਏਗੀ ਲੋਕਾਂ ਦਾ ਉਹ ਖਤਮ ਹੈ, ਤਾਂ ਸਾਨੂੰ ਪਤਾ ਉਹਨੇ ਮਹੀਨੇ 'ਚ ਨਹੀਂ ਠੀਕ ਹੋ ਜਾਣਾ, ਪਿਛਲੇ ਸਾਲ ਵੀ ਐਵੇਂ ਸੀ। ਯਾਨੀ ਕਿ ਜਿਹੜੀ ਇਹ ਕੀੜਿਆਂ ਦੀ ਚੇਨ ਹੈ ਉਹਨੂੰ ਨਹੀਂ ਤੋੜਦੇ ਤੁਸੀਂ? ਅਸੀਂ ਨਹੀਂ, ਅਸੀਂ ਮਾਰਨ ਵਾਲਾ ਕੰਮ, ਲੜਾਈ ਵਾਲਾ ਕੰਮ ਨਹੀਂ ਕਰਦੇ। ਅਤੇ ਲੜਾਈ ਹੈ ਤਾਂ ਸਮੱਸਿਆ? ਲੜਾਈ ਹੈ ਤਾਂ ਸਮੱਸਿਆ, ਲੜਾਈ ਉਹ ਕਿੱਥੋਂ ਦੀ ਵੀ ਹੈ। ਤੁਹਾਡੇ ਸ਼ਹਿਰ ਦਾ ਪਾਉਣ ਪਾਣੀ ਤੁਹਾਡੇ ਬੱਚਿਆਂ 'ਤੇ ਤੁਹਾਡੇ ਪਰਿਵਾਰ 'ਤੇ ਜ਼ਰੂਰ ਪ੍ਰਭਾਵ ਰੱਖਦਾ ਹੋਣਾ, ਉਹਨਾਂ ਨੂੰ ਵੀ ਇੰਟਰਸਟ ਹੈ ਬੇਟੀਆਂ ਨੂੰ ਨਾਲ ਖੇਤੀ ਦਾ ਵੀ ਪਾਪਾ ਇਸ ਤਰ੍ਹਾਂ ਦਾ ਕਰ ਰਹੇ? ਕੋਈ ਇੰਟਰਸਟ ਨਹੀਂ ਤੁਹਾਡਾ ਪਰਸਨਲ? ਇੱਕ ਤਾਂ ਬੇਟੀ ਛੋਟੀ ਹੈ ਜੀ। ਹਾਂ ਹਾਂ, ਚਲੋ ਉਹਦਾ ਤਾਂ ਕੋਈ ਇੰਟਰਸਟ ਹੋਣਾ ਨਹੀਂ, ਪਲੱਸ ਟੂ 'ਚ ਹੈ ਜੀ, ਵਧੀਆ ਉਹ ਪਲੱਸ ਟੂ 'ਚ ਹੈ ਮਤਲਬ ਹੈ ਨਾ, ਨਹੀਂ ਹਲੇ ਨਹੀਂ ਹੈਗਾ ਜੀ ਨਾਲ, ਕਿਉਂ ਫਿਰ ਜਿਹੜੇ ਬੱਚੇ ਹੁੰਦੇ ਆ ਨਾ ਸ਼ਹਿਰ ਤੋਂ ਜਦੋਂ ਪਿੰਡ ਆਉਂਦੇ ਆ ਜਾਂ ਇੱਥੇ ਕੱਚੇ 'ਚ ਆਉਂਦੇ, ਸਕੂਨ ਮਹਿਸੂਸ ਕਰਦੇ ਆ? ਨਹੀਂ ਨਹੀਂ ਨਹੀਂ, ਆਉਣਾ ਹੀ ਨਹੀਂ ਚਾਹੁੰਦੇ ਉਹ, ਪਰਿਵਾਰ ਆਉਣਾ ਹੀ ਨਹੀਂ ਚਾਹੁੰਦਾ। ਅੱਛਾ, ਆਉਣਾ ਨਹੀਂ ਚਾਹੁੰਦਾ? ਨਹੀਂ ਨਹੀਂ, ਬੱਚੇ ਹੁੰਦੇ ਆ ਨਾ ਜਿਹੜੇ ਜੀ, ਜਦੋਂ ਹਲੇ ਮੰਨ ਲਓ ਇੰਨੀ ਏਜ ਤੱਕ ਹੁੰਦੇ ਉਹ ਨਿਊਟਰਲ ਹੁੰਦੇ ਆ, ਹਾਂ ਕਾਮਨ ਹੁੰਦੇ ਉਹਨਾਂ ਦਾ, ਉਹਨਾਂ ਨੂੰ ਵੱਧੇ ਵੱਡੇ ਤਾਂ ਇੱਦਾਂ ਨਹੀਂ, ਵੱਧੇ ਵੱਡੇ ਇੱਦਾਂ ਨਹੀਂ ਹੁੰਦਾ ਵੀ ਮੈਂ, ਸਮਝਦੇ ਹੁੰਦੇ ਸਭ ਕੁਛ, ਬਟ ਉਹ ਇੱਕ ਪਾਸਾ ਨਹੀਂ ਕਰ ਸਕਦੇ ਹੁੰਦੇ ਜਦੋਂ ਕੋਈ ਟਾਈਮ ਲੱਗਦਾ। ਤੁਸੀਂ ਸਮਝਾਉਣ 'ਚ ਕਾਮਯਾਬ ਹੋਏ ਹੋ ਵੀ ਖੇਤੀ ਵਾਕਈ ਚੰਗੀ ਚੀਜ਼ ਹੈ, ਅੱਗੇ ਬੂਟਾ ਲਾ ਸਕੇ ਹੋ, 3 ਸਾਲਾਂ 'ਚ ਤੁਹਾਡੇ ਦੋਸਤ ਕੋਈ ਦੇਖ ਕੇ ਕੁਛ ਖੇਤੀ ਕਰਨ 'ਚ ਕਾਮਯਾਬ ਹੋ, ਜਾਂ ਕੁਛ ਥੋੜ੍ਹਾ ਬਹੁਤਾ ਘਰ ਜੋਗਾ ਔਰਗੈਨਿਕ ਕਰਾਉਣ 'ਚ ਕਾਮਯਾਬ ਹੋਏ ਹੋ ਕਿਸੇ ਨੇ? ਨਹੀਂ, ਮੈਂ ਨਹੀਂ ਹੋਇਆ। ਕੀ ਕਾਰਨ ਸਮਝਦੇ ਹੋ? ਲੋਕ ਜਦੋਂ ਤੁਸੀਂ ਕਹਿ ਰਹੇ ਹੋ ਠੀਕ ਹੈ ਗਾਹਕ ਵੀ, ਦੂਜੀ ਖੇਤੀ ਨੂੰ ਸਮੱਸਿਆ ਹੈਗੀ ਕਿ ਮਾਰਕੀਟਿੰਗ ਵਿਕਾਰ ਜੀ? ਇੱਕ ਦੇਖੋ, ਮੈਂ ਇੱਕ ਤਾਂ ਸਾਡੇ ਕੋਲ ਟਾਈਮ ਨਹੀਂ ਹੈਗੀ ਜੀ, ਮੈਂ ਐਵੇਂ ਕਹਿ ਦਿਆਂ ਜੀ, ਇੱਕ ਆਪਣਾ ਹੁੰਦਾ ਜਿਹੜਾ ਹਰ ਨੇਚਰ ਆ ਹਰ ਬੰਦੇ ਦੀ ਹੈ ਨਾ ਜੀ, ਕਈ ਬੰਦੇ ਤਾਂ ਉਹ ਬਾਰ 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 ਉਦੋਂ ਬਾਰ ਬਾਰ ਰਿਪੀਟ ਹੁੰਦੀ, ਪਹਿਲੇ ਨੂੰ
पूरी क्लीयर कर दी है जी गल है भी टाइम लगेगा जिदा तू टाइम दे देगा इस चीज़ में थोड़ा जहा टिकाओ रख लेंगा तो सब कुछ ये जो कोई टिकाओ नहीं रख मैं सब तो वीड्डी गल किसी मैं तो मेरा परिवार ही नहीं हले हो जी तो मैं किसी की कर सकता दूजी खेती कैश जल्दी आ जाता है फसल कट्टी मंडी दिती कैश आ गया ये कैश कट्ठा नहीं आता इकनोमिक हिसाब न अर्थव्यवस्था हिसाब न वेखिए पैसे उन्ने खा जाते हैं भावें सारा साल तुरे आते रहते आते रहते जी कुछ ना कुछ आता रहा क्यों खर्चा अपना नित है ना हाँ तो इनकम भी नित आती है जी वह एक बार आए फिर रोज आता काम उदू बाद मतलब अज मैं 500 की लड़ है शाम को कुछ ना कुछ कोई ना कोई किसी ना किसी चीज़ वाला आ जाएगा तो 500 रुपये मिल जाने कितना कितो मतलब कोई सब्जी वाले आ गया कोई मतलब किसी भी जिन्या भी खेत बैठ के कदम USA याद नहीं किया यार मुड़ जाते मैं सिर्फ 5 दिन मेरे रेंदे सी जब 5 दिन होर रह लेंदा मैं सिटीजनशिप ले सकता सी जी मैं इस करके उदू पहला निकलिया तो अच्छा आपां इह कम रखना ही नहीं जे जे फिट नहीं बैठा नहीं बैठा बैठा अच्छा खास कोई इनू होर थोड़ी हैसियत ही कोई नहीं उत्थे जी सही गल मैं इह भी नहीं कहांगा भी लखां बंदियां दे विचों जे कोई इक अद्धा आ जाऊगा वो एवरेज नहीं हुंदी जी नहीं तो विदेशां चों वापस मुड़ना नहीं भी मान लो वापस दी नहीं भी थोड़ी हैसियत उत्थे बनती मान लो बाहरले मुल्क बगानी जगह से जाके थोड़ी कोई हैसियत नहीं हो सकती थोड़ी अपनी मिट्टी थोड़े अपने देश तुसी इत्थे कुछ करो एक्सट्रा मतलब अलग करो लोगों वास्ते कोई भले का काम करो है ना तुसी नाम भी बना सकते हो अपने माँ प्यो का नाम अपने पिंड का नाम बना सकते हम जो लवारा फार्म रखने का रीजन साड़ा ये साड़ा पिंड है मेरी जन्मभूमि ये सुपना कदों को बुन लिया सी भी मैं आ काम करना है किन्ने साल पहला ये तो जी 2 साल पहले ये तो मतलब मैं उदो छोटा ही सी हले खेती सी मतलब खेती बड़ी वाले मार रही पर परिवारों के नहीं सी साढ़े किसी ने खेती की नहीं अजे तक जी अच्छा तो कोई नॉर्मल खेती खेती तो मैं तो हूँ इदा जो लगता है भी जिमें ना भी मैं किसी क्राइम वाले पास पै गया हूँ भी उन्होंने इदा लगता मतलब सिर्फ करी जाने क्या मतलब कोई नहीं समझ मानते नहीं मानते नहीं ओदी ओदी फोटो नहीं मानते ना गल हाँ। शब्द की है नहीं मानते भविख च की तब्दीलियां कर लगे हो समय हिसाब न की डिवेलप कर लगे हो ये इस असी कर ज़्यादा ये पेड़ पौधे लावे एक्चुअल असी जंगल ही बना देना किसी तरह इस 6 एकड़ में जंगल बेलिया से तब्दील कर देना हाँ जी सारी जमीन होर हैगी है जी जमीन तो वैसे 22 एकड़ है जी रोड के प दूसरी तरफ ही है जी जबकि हौली हौली खेती उत्थे ले जानी है जी इन जंगल से तब्दील इन जंगल तब्दील करते पर 80% ओहे जे रुख हैगे जिहड़े आपदा कुछ ना कुछ दिया भी करने हाँ जी फलदार हाँ जी हम दे रहे हैं शुरू हो चुके हौली हौली करके जिवें मतलब 3 साल पहला असी पौने 3 साल पहला लाए सी हुण फ्रूटिंग ते आ गए आ हौली हौली करके मुड़े आउणगे हाँ जी बहुत चंगा लगे गलबात करके तुहाडे नाल संपर्क करना होवे तां फेसबुक के उत्ते भी जुड़िया जा सकता है जी जी ते तुहाडे तो गुड़ शक्कर जिहड़ा हैगा खरीदया जा सकता है हल्दी ते हुण तुहाडे गुलाब भी लगे हुए गुलाब लगे हुए सी ओदी गुलकंद बनाउणे हैगी जी ओह अवेलेबल है सारा साल हाँ गुलकंद तकरीबन होर की रहिंदा जिहड़ा साल होर तां बस अवेलेबिलिटी देखो असी समान उन्ना ही करना जिन्ना साडा हैगा जी आप जां कई वारी की हुंदा जी कई किसान जिवें होर भी करदे हैगे आ हां मान लो ਉਹਨਾਂ ਤੋਂ ਕੁਛ ਨਾ ਕੁਛ ਚੀਜ਼ਾਂ ਦਾਲਾਂ ਵਗੈਰਾ ਜਾਂ ਕੁਛ ਉਹਨਾਂ ਤੋਂ ਲੈ ਆਈਦੀਆਂ ਜੀ ਮਤਲਬ ਕੋਈ ਜ਼ਿਆਦਾ ਨਹੀਂ ਆਏ ਨਹੀਂ ਹੈਗਾ ਆਪਾਂ ਬਾਜ਼ਾਰ 'ਚੋਂ ਜਾ ਕੇ ਕੋਈ ਚੀਜ਼ ਲੈ ਕੇ ਇੱਦਾਂ ਦਾ ਕੁਛ ਨਹੀਂ ਹੈਗਾ ਜੀ ਤਾਂ ਹੀ ਸਾਡੇ ਕਸਟਮਰ ਸਾਡੇ ਕੋਲ ਦੁਬਾਰਾ ਆਉਂਦੇ ਆ ਬਹੁਤ ਚੰਗਾ ਲੱਗਿਆ ਗੱਲਬਾਤ ਕਰ ਹਾਂਜੀ 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 ਇਹ ਛੋਟੀ ਜਿਹੀ ਮੁਲਾਕਾਤ ਦੇ ਜ਼ਰੀਏ ਬਹੁਤ ਕੁਛ ਸਿੱਖਣ ਨੂੰ ਮਿਲਿਆ ਅਤੇ ਉਮੀਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਇੱਕ ਸੁਪਨਾ ਸੀ ਤੁਸੀਂ ਇੱਕ ਚੈਲੰਜ ਲਿਆ ਕੇ ਜਾਣਾ ਹੈ ਵਾਪਸ ਜਾਣਾ ਹੈ ਅਤੇ ਇਹ ਜਿਹੇ ਦੇਸ਼ ਦੀ ਸਿਟੀਜਨਸ਼ਿਪ ਮਿਲਣ ਵਾਲੀ ਛੱਡਣੀ ਹੈ
ਅਤੇ ਖੇਤੀ ਬਾਕੀ ਤੁਹਾਨੂੰ ਇਸ ਵਕਤ ਲੱਗ ਰਿਹਾ ਕਿ ਖੇਤੀ ਨਹੀਂ ਕਰਨੀ, ਹਰ ਬੰਦਾ ਨੌਕਰੀ ਬਾਹਰ ਜਾਣ ਨੂੰ ਤਿਆਰ ਹੈ, ਤੁਸੀਂ ਉੱਥੋਂ ਵਾਪਸੀ ਕੀਤੀ ਹੈ, ਇਹ ਵੱਡਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਾਰਕਾ ਕਹੂੰਗਾ ਜੀ ਜੀ, ਬਹੁਤ ਚੰਗਾ ਲੱਗਿਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਬੜਾ ਗੱਲਬਾਤ ਕਰਕੇ ਇਹਨਾਂ ਨਾਲ ਚੰਗਾ ਲੱਗਿਆ, ਕਿਉਂਕਿ ਇਹ ਬੜਾ ਔਖਾ ਹੁੰਦਾ ਹੈ, ਪੰਜਾਬ 'ਚ ਤਾਂ ਬੜਾ ਹੀ ਔਖਾ ਹੈ, ਸਾਡੇ ਪਰਿਵਾਰਾਂ 'ਚ ਪੰਜਾਬੀ ਪਰਿਵਾਰਾਂ 'ਚ ਹੁਣ ਇਹ ਗੱਲ ਹੈ, ਜੇ ਕੋਈ ਅਮਰੀਕਾ ਕਨੇਡਾ ਤੋਂ ਮੁੜ ਕੇ ਆ ਕੇ ਖੇਤੀ ਕਰਦਾ ਹੈ ਅਤੇ ਜਾਂ ਉਹ ਵੀ ਕੋਈ ਖੇਤੀ ਸ਼ੁਰੂ ਕਰਦਾ ਹੈ ਤਾਂ ਬੜਾ ਔਖਾ ਮੰਨਿਆ ਜਾਂਦਾ ਕਿ ਪੜ੍ਹ ਲਿਖ ਕੇ ਤੁਸੀਂ ਖੇਤੀ ਕਰ ਰਹੇ ਹੋ, ਬਾਹਰੋਂ ਆ ਕੇ ਤੁਸੀਂ ਖੇਤੀ ਕਰ ਰਹੇ ਹੋ। ਖੇਤੀ ਸਾਡੇ ਪੁਰਖਿਆਂ ਨੇ ਉੱਤਮ ਖੇਤੀ ਕਿਹਾ, ਪਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸੋਚਣ ਦੀ ਜਿਹੜੀ ਲੋੜ ਹੈ, ਕਹਿੰਦੇ ਇਕੱਲਾ ਲੂਣ ਬਾਹਰੋਂ ਲਿਆਂਦਾ ਜਾਂਦਾ ਸੀ, ਹੁਣ ਅਸੀਂ ਹਰ ਚੀਜ਼ ਬਾਹਰੋਂ ਲਿਆਉਣ ਦੇ ਯਤਨ ਕਰਦੇ ਹਾਂ। ਸੋ ਇਹ ਇੱਕ ਨਵਾਂ ਐਪੀਸੋਡ ਰਿਹਾ ਕਿ ਕਿਸਾਨ ਨੇ ਇੰਨਾ ਤੁਹਈਆ ਕੀਤਾ ਅੰਦਰ, ਇੰਨੇ ਆਲਣਾ ਬੁਣਿਆ ਕਿ ਮੈਂ ਛੱਡ ਕੇ ਜਾ ਕੇ ਖੇਤੀ ਕਰੂੰਗਾ। ਸੋ ਇਹਨਾਂ ਦਾ ਖੇਤ ਕਿਤੇ ਮੌਕਾ ਲੱਗੇ ਤਾਂ ਬਿਲਕੁਲ ਹਾਈਵੇ ਦੇ ਉੱਤੇ ਆ, ਰਾਮੇ ਵਾਲੇ ਪਾਸੇ ਨੂੰ ਲੁਹਾਰਾ, ਲੁਹਾਰਾ ਫਾਰਮ ਹੈ ਜਿਹੜਾ, ਅਤੇ ਮੋਗਾ ਬਰਨਾਲਾ ਜਿਹੜਾ ਹਾਈਵੇ ਜਾਂਦਾ ਉਹਦੇ ਬਿਲਕੁਲ ਜਿਹੜਾ ਜੀ ਉੱਪਰ ਹੈ, ਅਤੇ ਤੁਸੀਂ ਕੋਸ਼ਿਸ਼ ਕਰਿਓ ਜੇ ਕਿਤੇ ਇੱਧਰ ਚੱਕਰ ਕਿਸੇ ਦਾ ਲੱਗੇ ਤਾਂ ਤੁਸੀਂ ਦੇਖ ਸਕਦੇ ਹੋ, ਇਹਨਾਂ ਤੋਂ ਕੁਛ ਚੀਜ਼ਾਂ ਜਿਹੜੀਆਂ ਇਹਨਾਂ ਨੇ ਦੱਸੀਆਂ ਉਹ ਖਰੀਦ ਸਕਦੇ ਹੋ। ਅੱਜ ਲਈ ਮੈਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ, ਸਤਿ ਸ਼੍ਰੀ ਅਕਾਲ।